ਸਾਰੇ ਆਂਦੋ ਵੀ ਇਹਦੇ ਪਿੱਛੇ ਖਾਸੀਆਂ ਵੱਡੀਆਂ ਤਾਕਤਾਂ ਦਾ ਜੋਰ ਲੱਗਿਆ ਹੋਇਆ ਸੀ ਸ਼ੁਭਦੀਪ ਨੂੰ ਪ੍ਰੇ ਕਰਨ ਵਾਸਤੇ ਆਪਾਂ ਨੇ 3 ਮਹੀਨੇ ਹੋ ਗਏ ਹੋਣ ਵਾਲੇ ਆ ਆਪਾਂ ਨੇ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਬਹੁਤ ਸਮਾਂ ਦਿੱਤਾ ਹੈ ਨਾ ਪਰ ਹੁਣ ਇਹ ਸਾਡੀ ਸਾਡੀ ਸ਼ਰੀਫਤਾ ਦਾ ਨਜਾਇਜ਼ ਫਾਇਦਾ ਉੱਠ ਰਿਹਾ ਹੈ ਜੇ ਤਾਂ ਅਸੀਂ ਉਹਦੇ ਹੀ 2 ਦਿਨ ਸੰਸਕਾਰ ਨਾ ਕਰਦੇ ਬੱਚੇ ਦਾ ਇਹਨਾਂ ਦੇ ਗਲਤੀ ਹੱਡੀ ਬਣ ਜਾਂਦੀ ਇਹਨਾਂ ਨੇ ਕੁਝ ਨਾ ਕੁਝ ਕਰਨਾ ਸੀ ਤੁਹਾਨੂੰ ਪਤਾ ਵੀ ਇਹ ਗੈਂਗਸਟਰਾਂ ਦਾ ਨਾਮ ਲੈ ਕੇ ਤੇ ਜਿਹੜੇ ਪਿੱਛੇ ਇਹਨਾਂ ਦੇ ਕੰਮ ਕਰ ਰਹੇ ਆ ਜਿਹੜੇ ਕਰਾ ਰਹੇ ਆ ਉਹਨਾਂ ਨੂੰ ਇਹ ਆਸਾਨੀ ਨਾਲ ਪਰੇ ਕਰ ਦਿੰਦੇ ਨੇ ਪਰ ਅਸੀਂ ਨਹੀਂ ਪਰੇ ਹੋਣ ਦੇਵਾਂਗੇ ਤੁਸੀਂ ਕਹਿ ਦਿੰਦੇ ਆ ਆਪ ਸਾਰੇ ਕਹਿ ਦਿੰਦੇ ਵੀ ਸ਼ੇਰ ਨਹੀਂ ਮਾਂ ਮੈਂ ਕੋਈ ਸ਼ੇਰ ਨਹੀਂ ਸ਼ੂਰ ਨਹੀਂ ਹੈ ਨਹੀਂ ਐਡੀ ਜ਼ਿਆਦੇ ਠੀਕ ਹੈ ਜੇ ਕਿਸੇ ਦਾ ਸਿੰਪਲ ਇਨਸਾਨ ਪੁੱਤ ਮਰਦੇ ਨਾ ਉਹ ਮਾਮਾ ਮੰਜੇ ਤੋਂ ਨਹੀਂ ਉੱਠਦੀਆਂ ਹੁੰਦੀਆਂ ਮੈਂ ਸਿਰਫ ਉਹਦੇ ਇਨਸਾਫ ਨੂੰ ਸ਼ੇਰ ਨਹੀਂ ਬਣੀ ਹੋਈ ਹਾਂ ਵੀ ਮੈਂ ਮੇਰੇ ਬੱਚੇ ਨੂੰ ਇਨਸਾਫ ਦਵਾ ਕੇ ਰਹੂੰਗੀ ਮੇਰੇ ਨਾਲ ਹੋਵੋਗੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਦੋਨੇ ਬੈਠਾਂਗੇ ਠੀਕ ਹੈ ਤੇ ਪਰ ਇਦੋਂ ਵੱਧ ਅਸੀਂ ਸ਼ਰੀਫਤਾ ਨਹੀਂ ਦਿਖਾ ਸਕਦੇ ਸੀ ਪੜ੍ਹੇ ਲਿਖੇ ਹੋਣ ਦੇ ਨਾਤੇ ਅਸੀਂ ਪ੍ਰਸ਼ਾਸਨ ਦਾ ਵੀ ਸਾਥ ਦਿੱਤਾ ਅਸੀਂ ਸਰਕਾਰਾਂ ਦਾ ਵੀ ਸਾਥ ਦਿੱਤਾ ਪਰ ਸਾਨੂੰ ਉਮੀਦ ਨਹੀਂ ਹੈਗੀ ਵੀ ਸਾਡੇ ਬੱਚੇ ਦਾ ਸਾਨੂੰ ਇਨਸਾਫ ਮਿਲੂਗਾ ਜਿਵੇਂ ਇੰਨਾ ਕੰਮ ਠੰਡਾ ਚੱਲ ਰਿਹਾ 3 ਮਹੀਨੇ ਹੋ ਗਏ ਚੌਥਾ ਹੋਰ ਹੋ ਗਿਆ ਤੁਸੀਂ ਵੀ ਭਾਈ ਆਪੋ ਦੇ ਕੰਮਾਂ 'ਚ ਰੁੱਝ ਜਾਓਗੇ ਅਸੀਂ ਵੀ ਚਲੋ ਆਪਦੀ ਗੱਡੀ ਰੋੜਾਂਗੇ ਔਖੇ ਸੌਖੇ ਠੀਕ ਹੈ ਬੜੀ ਦੁੱਖ ਦੀ ਗੱਲ ਹੈ ਵੀ ਮੇਰਾ ਪੁੱਤ ਮਰ ਗਿਆ ਅਸੀਂ ਝੱਲ ਲੈਂਦੇ ਅਸੀਂ ਆਪਦੀ ਗੱਡੀ ਰੋੜ ਲੈਂਦੇ ਤੁਸੀਂ ਸਾਰੇ ਜਣੇ ਆਪੋ ਆਪਦੇ ਇੱਥੇ ਹੱਥ ਕਰਕੇ ਦੇਖੋ ਜਿਹੜੀ ਮੇਰੀ ਨੂੰਹ ਬਣਨ ਵਾਲੀ ਸੀ ਕਿਸੇ ਦੀ ਧੀ ਹੈ ਕਿਸੇ ਦੀ ਭੈਣ ਹੈ ਸਾਨੂੰ ਉਹ ਸਾਨੂੰ ਉਹਦੀ ਜ਼ਿੰਦਗੀ ਬਾਰੇ ਦੇਖ ਦੇਖ ਕੇ ਸਾਡਾ ਖੂਨ ਵੱਜਦਾ ਹਰ ਟਾਈਮ ਜੇ ਸਾਡਾ ਸਾਥ ਕੋਈ ਵੀ ਨਾ ਦੇਊਗਾ ਪ੍ਰਸ਼ਾਸਨ ਵੀ ਨਾ ਦੇਊਗਾ ਪਰ ਮੇਰਾ ਪੁੱਤ ਭਗਤ ਸੀ ਉਹ ਤਾਂ ਜਿਉਂਦੇ ਨਾਲ ਜਿਹੜੇ ਇਹਨਾਂ ਨੇ ਠੱਗੀਆਂ ਮਾਰੀਆਂ ਨੇ ਨਾ ਜਿਉਂਦਿਆਂ ਦੀਆਂ ਤਸੱਲੀਆਂ ਕਰਾਈਆਂ ਹੋਈਆਂ ਨੇ ਪਰਮਾਤਮਾ ਨੇ ਉਹ ਇਹ ਨਾ ਭੁੱਲਣ ਵੀ ਅਸੀਂ ਇੰਡੀਆ ਛੱਡ ਕੇ ਉੱਥੇ ਕੈਨੇਡਾ ਜਾ ਕੇ ਅਸੀਂ ਬਚ ਜਾਾਂਗੇ ਰੱਬ ਦੀ ਮਾਰ ਤੋਂ ਨਹੀਂ ਬਚ ਸਕਦੇ ਉਹ ਇਹ ਮੇਰਾ ਵਾਅਦਾ ਹੈ ਮੈਨੂੰ ਮੇਰੇ ਪੁੱਤ ਤੇ ਭਰੋਸਾ ਸੀ ਮੇਰਾ ਪੁੱਤ ਸੱਚਾ ਸੁੱਚਾ ਇਨਸਾਨ ਸੀ ਜਿਹੜੇ ਸਾਡੇ ਜਿਹੜੇ ਹਿਸਾਬ ਨਾਲ ਉਹ ਸਾਡੇ ਨਾਲ ਗੱਲਾਂ ਕਰਦਾ ਹੁੰਦਾ ਸੀ ਪਰ ਜਿਹੜੀ ਅੱਜ ਉਹਦੇ ਪਰਿਵਾਰ ਨਾਲ ਤੇ ਉਹ ਬੜੀ ਕਿਸਮਤਾਲੀ ਨਾਲ ਕੀਤੀ ਹੈ ਇਹਨਾਂ ਲੋਕਾਂ ਨੇ ਵੀ ਕੀਤੀ ਹੈ ਨਾ ਜਿਹੜੇ ਕੁਸਰਾਲੇ ਹੋਏ ਗੰਦੇ ਲੋਕ ਹੈ ਉਹਨਾਂ ਦੇ ਵੀ ਧੀਆਂ ਭੈਣਾਂ ਮਾਮਾ ਹੈਗੀਆਂ ਨੇ ਫਿਰ ਮੇਰੀ ਵਾਧੋ ਆਇਆ ਮੈਂ ਤਾਂ ਕਹਿੰਦੀ ਰੱਬ ਕਰਕੇ ਜਿਹੜਾ ਕੋਈ ਇਨਸਾਫ ਨਹੀਂ ਦੇ ਰਿਹਾ ਮੇਰੇ ਬੱਚੇ ਨੂੰ ਉਹਦੇ ਨਾਲ ਧੀਆਂ ਵੀ ਐਂ ਬਿਲਕੁਲ ਜਿਵੇਂ ਮੇਰੀ ਬੇਟੀ ਹੈ ਨਾ ਉਹ ਇਸ ਪਾਸੇ ਦੀ ਨਾ ਉਹ ਉਸ ਪਾਸੇ ਦੀ ਠੀਕ ਹੈ ਸਾਡੀ ਤਾਕਤ ਤੁਸੀਂ ਹੋ ਪਹਿਲਾਂ ਆਪਾਂ ਕੈਂਡਲ ਮਾਰਚ ਕੱਢਣਾ ਸ਼ਾਂਤੀਪੂਰਵਕ ਆਪਾਂ ਹਜੇ ਵੀ ਪ੍ਰਸ਼ਾਸਨ ਦੇ ਰਾਹ ਦੇ ਵਿੱਚ ਰੋੜਾ ਨਹੀਂ ਬਣਨਾ ਚਾਹੁੰਦੇ ਹਜੇ ਵੀ ਉਮੀਦ ਹੈਗੀ ਵੀ ਜੇ ਕੁਛ ਕਰ ਦੇਣ ਪਰ 2 ਬੰਦੇ ਮਾਰੇ ਨਾਲ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਮਾਰਨ ਛੱਡਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਕਿਰਾਏ ਦੇ ਟੱਟੂ ਸੀ ਹਨਾ ਜਿਹੜੇ ਨਿੱਕੇ ਨਿੱਕੇ ਆ ਕੇ 15 ਗਿੱਦੜਾਂ ਨੇ ਮੇਰਾ ਕੱਲਾ ਪੁੱਤ ਘੇਰ ਕੇ ਵੀ ਪੱਗ ਦੀ ਬੇਅਦਬ ਕੀਤੀ ਉਹਦੇ ਕੇਸਾਂ ਦੀ ਬੇਅਦਬ ਕੀਤੀ ਉਹਨਾਂ ਨੂੰ ਰੱਬ ਕਦੇ ਮਾਫ਼ ਨਹੀਂ ਕਰੂਗਾ ਸਾਨੂੰ ਬਹੁਤ ਮਾਣ ਹੈ ਆਪਣੇ ਪੁੱਤ ਤੇ ਰੋਜ਼ ਦੀ ਰੋਜ਼ ਆ ਕੇ ਇੰਨੇ ਲੋਕ ਉਹਨੂੰ ਸ਼ਰਧਾਂਜਲੀਆਂ ਦਿੰਦੇ ਨੇ ਉਹਨੂੰ ਕਿੰਨਾ ਪਿਆਰ ਕਰਦੇ ਨੇ ਸਾਡਾ ਤਾਂ ਹਲੇ ਜਿਉਂਦਾ ਹੈ ਠੀਕ ਹੈ ਬਸ ਵੀਰੋ ਮੇਰੇ ਬੱਚਿਓ ਮੈਂ ਤਾਂ ਇੱਕ ਸ਼ੇਰਨੀ ਸੋਡੇ ਸਹਾਰੇ ਤੇ ਬਣੀ ਹੋਈ ਹਾਂ ਵੀ ਆਪਾਂ ਸਿੱਧੂ ਦਾ ਇਨਸਾਫ ਲੈ ਕੇ ਹਟਾਂਗੇ ਹੁਣ ਸਾਡੇ ਵਿੱਚ ਸ਼ਰੀਫਤਾ ਹੈ ਨਹੀਂ ਹੁਣ ਹੱਦੋਂ ਵੱਧ ਟਾਈਮ ਹੋ ਗਿਆ ਤੇ ਬਸ ਹੁਣ ਸ਼ਰੀਫਤਾ ਦੀ ਕੋਈ ਹੱਦ ਨਹੀਂ ਹੁਣ ਤਾਂ ਅਸੀਂ ਜਿਹੜੇ ਹਿਸਾਬ ਨਾਲ ਲੈਣਾ ਹੈ ਆਪਦਾ ਇਨਸਾਫ ਲੈ ਕੇ ਹਟਾਂਗੇ ਕਿਸੇ ਨੂੰ ਕੋਈ ਵੱਧ ਕੱਟ ਕੇ ਆਉਂਦਾ ਹੋਵੇ ਮਾਫ਼ੀ ਕਰੀਏ।